ਸਾਸਰੀ ਕਾਲ ਜੀ ਸਾਰਿਆਂ ਨੂੰ ਸੁਖੀ ਜੰਮਿਆਂ ਤੇ ਮਿਲਣ ਵਧਾਈਆਂ ਪਰ ਡੈਡੀ ਜੀ ਨੇ ਮੋਚੀ ਤੋਂ ਜੁੱਤੀ ਇੱਕ ਨੰਬਰ ਵੱਡੀ ਬਣਵਾ ਲਈ ਬਿਕੋਜ਼ ਮੁੰਡਿਆਂ ਨੂੰ ਜੁੱਤੀਆਂ ਦੀ ਕਸਰ ਥੋੜੀ ਜ਼ਿਆਦਾ ਹੀ ਰਹਿੰਦੀ ਹੈ ਇਹ ਰੈਸিপি ਤਿਆਰ ਕਰਕੇ ਤੁਸੀਂ ਫਾਦਰਸਡੇ ਸੈਲੀਬ੍ਰੇਟ ਕਰ ਸਕਦੇ ਹੋ ਬਿਕੋਜ਼ ਫਾਦਰਸਡੇ ਸੈਲੀਬ੍ਰੇਟ ਕਰਨ ਵਾਸਤੇ ਕਿਸੇ ਪਰਟੀਕੂਲਰ ਦਿਨ ਦੀ ਲੋੜ ਨਹੀਂ ਜਿੱਦਣ ਪੈਸਿਆਂ ਦੀ ਲੋੜ ਹੋਵੇ ਉਦਣ ਹੀ ਸੈਲੀਬ੍ਰੇਟ ਕਰ ਲਓ ਸੋ ਇਹ ਅੱਜ ਦੀ ਅੰਗਰੇਜ਼ੀ ਰੈਸিপি ਆਪਾਂ ਅੰਗਰੇਜ਼ੀ ਦਾਰੂ ਦੇ ਨਾਲ ਸਰਵ ਕਰਾਂਗੇ 올ਿਵ ਆਇਲ ਦੇ ਅੰਦਰ ਆਪਾਂ ਚਿਕਨ ਬ੍ਰੈਸਟ ਨੂੰ ਸੌਤੇ ਕਰ ਲੈਣਾ ਜਿਹਨੂੰ ਆਪਾਂ ਮੈਰੀਨੇਟ ਕੀਤਾ ਸੀ ਸਾਲਟ ਤੇ ਪੈਪਰ ਦੀ ਜਣ ਮਮਸ ਦੀ ਕੁੱਟਦਾ ਤਾਂ ਸਿੰਪਲ ਜਿਹਾ ਸਟੈਂਡਰਡ ਪ੍ਰੋਸੀਜਰ ਹੁੰਦਾ ਪਹਿਲਾਂ ਤੁਹਾਡੇ ਜੁੰਡੇ ਭਟਕੇ ਤੁਹਾਨੂੰ ਮਿਕਸੀ ਜਰਾ ਘੁਮਾ ਦਿੰਦੀਆਂ ਫਿਰ ਤੁਹਾਨੂੰ ਲੈਫਟ ਦਾ ਹੱਥ ਦਿਖਾ ਕੇ ਰਾਈਟ ਤੋਂ ਚਪੇੜ ਮਾਰ ਦਿੰਦੀਆਂ ਪਰ ਡੈਡੀ ਜੀ ਤਾਂ ਦੇਖ ਕੋ ਸੋਨੂੰ ਦੇ ਚਪੇੜਾਂ ਦੇ ਬੈਲਟ ਜੋ ਹੱਥ ਚੋਂਦਾ ਸੀ ਉਹ ਵੀ ਮਾਰ ਦਿੰਦੇ ਸੀ ਇੰਨੀ ਵੈਰਾਈਟੀ ਵਿਚਾਰੀ ਮਮਸ ਕੋਲ ਕਿੱਥੇ ਸੋ ਗੈਟਿੰਗ ਬੈਕ ਟੂ ਦ ਰੈਸਪੀ ਆਪਾਂ ਐਸਡੀਓ ਆਇਲ ਦੇ ਅੰਦਰ گارਲਿਕ ਤੇ ਮਸ਼ਰੂਮਸ ਨੂੰ ਸੌਤੇ ਕਰ ਲਿਆ ਤੇ ਨਾਲ ਹੀ ਇੱਕ ਵੱਡਾ ਚਮਚ ਮੈਦੇ ਦਾ ਪਾ ਲਿਆ ਤਾਂ ਕਿ ਆਪਾਂ ਇੱਕ ਸੌਸ ਤਿਆਰ ਕਰ ਸਕੀਏ ਫਿਰ ਇਹਨੂੰ ਥੋੜਾ ਜਿਹਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਅੰਦਰ ਮਿਲਕ ਸ਼ਾਮਿਲ ਕਰ ਦੇਵਾਂਗੇ ਸੌਲਟ ਤੇ ਪੈਪਰ ਦੀ ਸੀਜ਼ਨਿੰਗ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਾਂਕਿ ਸੌਸ ਗਾੜੀ ਹੋ ਜਾਵੇ ਤੇ ਕੁੜੀਆਂ ਭਾਵੇਂ ਹੀ ਲక్ష్ਮੀ ਦਾ ਰੂਪ ਮੰਨੀ ਜਾਣ ਪਰ ਮੁੰਡੇ ਤਾਂ ਜੰਮੇ ਹੀ ਪੈਸਾ ਫੂਕਣ ਲਈ ਹੁੰਦੇ ਆ ਮਾਂ ਬੋਲੀ 'ਚ ਭਾਵੇਂ ਤੁਹਾਨੂੰ ਹਿੰਦੀ ਪੰਜਾਬੀ ਆ ਉਰਦੂ ਮਿਲੇ ਪਰ ਪਿਓ ਬੋਲੀ 'ਚ ਤਾਂ ਸਦਾ ਹੀ ਗਾਲਾਂ ਪੈਂਦੀਆਂ ਸਿਆਣ ਜਦੋਂ ਕਦੇ ਟਰੈਕਟਰ ਭੈਂ ਭੈਂ ਕਰਕੇ ਸੈਲਫ ਨਹੀਂ ਚੱਕਦਾ ਸੀ ਤੇ ਮੈਨੂੰ ਲੱਗਦਾ ਸੀ ਵਿਹੜੇ 'ਚ ਪਾਪਾ ਨੇ ਮੈਨੂੰ ਗਾਲਾਂ ਕੱਢ ਕੇ ਬੁਲਾਇਆ ਇੰਨਾ ਖੌਫ ਤਾਂ ਮੈਨੂੰ ਕਦੇ ਸ਼ਕਤੀ ਤੇ ਨਾਲ ਹੀ ਆਪਾਂ ਸਰਵ ਕਰਨ ਵਾਸਤੇ ਇੱਕ ਪਲਾਫ ਤਿਆਰ ਕਰ ਲਵਾਂਗੇ ਨਾਲੇ ਨਿਆਣੇ ਤਾਂ ਦੇਸੀ ਮਾਮੂਜ਼ਾ ਪੰਚਿੰਗ ਬੈਗ ਹੁੰਦੇ ਆ ਜਿਹੜੇ ਕਿਸੇ ਨੂੰ ਸੰਸਕਾਰਾ ਕਰਕੇ ਵੱਡੇ ਬਗਿਆੜਦੇ ਨਹੀਂ ਮਾਰ ਸਕਦੀਆਂ ਉਹ ਥਾਪੀਆਂ ਨੂੰ ਨਿੱਕੇ ਜੈਲਦਾਰ ਦੇ ਜੜ ਦਿੰਦੀ ਐ ਦਿਨੇ ਮॉम्स ਟੀਵੀ ਸੀਰੀਅਲ ਨੂੰ ਚੰਬੜੀਆਂ ਰਹਿੰਦੀ ਸੀ ਤੇ ਰਾਤ ਨੂੰ ਪਾਪਾ ਨਿਊਜ਼ ਚੈਨਲ ਨੂੰ ਜਿਹੜੇ ਅੱਗ ਲੱਗਣੇ ਕਦੇ ਵੀ ਚੰਗੀ ਖਬਰ ਨਹੀਂ ਸੁਣਾਉਂਦੇ ਹੁਣ ਦੱਸੋ ਬੱਚੇ ਅਲੇਫ ਲਾਲਾ ਤੇ ਚੰਦਰ ਕਾਂਤ ਤੱਕ ਕਦੋਂ ਦੇਖਣ ਸੋ ਤੁਸੀਂ ਵੀ ਉਸ ਮਿੱਠੀਆਂ ਚੀਜ਼ਾਂ ਨੂੰ ਯਾਦ ਕਰਦੇ ਹੋਏ ਰੈਸਪੀ ਤਿਆਰ ਕਰੋ ਬਿਕੋਜ਼ ਕੈਨੇਡਾ ਚ ਆ ਕੇ ਤੁਹਾਨੂੰ ਇਹ ਸੌਭਾਗ્ય ਪ੍ਰਾਪਤ ਨਹੀਂ ਹੋਣਾ ਬਿਕੋਜ਼